ਇਹ ਮਾਂ ਪਿਓ ਨੂੰ ਤਪਾਉਣਾ ਵਿੱਚ ਵਿਚਾਲੇ ਹੋਰ ਕੋਈ ਗੱਲ ਨਹੀਂ ਲੈ ਆਏ ਨਹੀਂ ਅੱਡੇ ਤੇ ਗਏ ਨੇ ਕਦੋਂ ਦੇ ਹਾਂ ਖਾਸਾ ਟਾਈਮ ਹੋ ਗਿਆ ਪੰਮੀ ਨੇ ਅੰਦਰ ਨੂੰ ਤਾਂ ਗਏ ਨੂੰ ਹੋਰ ਬੈਲੈਂਸ ਪਵਾਉਣ ਗਏ ਸੀ ਕਹਿੰਦਾ ਹੁਣ ਆ ਜਾਣਾ ਅੱਛਾ ਤੇ ਉਹ ਆ ਗਿਆ ਹਾਂ ਆ ਗਿਆ ਗੱਦਾਂ ਥੋੜੀਆਂ ਦੇ ਪੰਮੀ ਠੰਡ ਵਾਲੀ ਹੈ ਭੈਣੇ ਮਸਾਂ ਨਿਕਲੀਆਂ ਨੇ ਇੰਨੀਆਂ ਕੁ ਵੀ ਆਲੂ ਵੱਧ ਪਾ ਲਾਂਗੇ ਕਰਵਾਈਆਂ ਪਈਆਂ ਵੀ ਰਮਾਤੀਆਂ ਸੀ ਕੁਛ ਮਸਾਂ ਕੱਢ ਕੇ ਲਈਆਂ ਬਹੁਤ ਹੈ ਭੈਣੇ ਫਿਰ ਖਾਂਦੇ ਨੇ ਤੜਕੇ ਤੋਂ ਤਾਂ ਕੋਸੇ ਟਾਈਮ ਲਾਤਾ ਤੁਸੀਂ ਕਿ ਕਿਤੇ ਖੜ ਗਏ ਸੀ हाँ यार मैनू ना पुराना मित्र मिल गया सी नाल दे पिंड वाला फरमाही वाला जोगिंदर फौजी उहदे नाल गल्ली बात लग गई तां टाइम लग गया ए उही फौजी है जिहड़ा तुहाडे नाल पढ़दा सी जिहदे तुसीं गल्लां करदे हुंदे हो आहो आहो हुण तां ती मुंडा दे नाल पढ़दा हां ती हुण तां फौज च भर्ती हो गया विंदर आहो हाँ हाँ उही भाभी तो छुट्टी आया होया है कहिंदा बस रिटायरमेंट दे भी दो साल रह गए मेरे तां कहिंदा हाँ पहला तां वाला आना ते अपने घरे विंदर कोले फिर हौली हौली घट गया बेचारा नौकरी मिल गई थी ना उहनूं नौकरी तों बाद फिर कित्थे आ जांदा बंदे तों टाइम ही नहीं लगदा हैगा ਹੁਣ ਛੁੱਟੀ ਆਇਆ ਹਣਾ ਵਿਚਾਰਾ ਹੋਰ ਭਾਬੀ ਕਬੀਲਦਾਰੀ ਚ ਪੈਣ ਤੋਂ ਬਾਅਦ ਫਿਰ ਕਿੱਥੇ ਉਹ ਗੱਲ ਬਣਦੀ ਐ ਮੈਨੂੰ ਫੋਨ ਕਰਦਾ ਹੁੰਦਾ ਸੀ ਕਦੇ ਕਦੇ ਅੱਜ ਕੁਦਰਤੀ ਮਿਲ ਗਿਆ ਮੈਨੂੰ ਮੈਂ ਆਖਿਆ ਸੀ ਮੈਂ ਆ ਜਾ ਘਰੇ ਚੱਲੀਏ ਉਹ ਕਹਿੰਦਾ ਮੈਨੂੰ ਅੱਜ ਕਾਲੀ ਐ ਕਹਿੰਦਾ ਫੇਰ ਮਾਰੂ ਮੈਂ ਕਿਸੇ ਦਿਨ ਗੇੜਾ ਅੱਛਾ ਅੱਛਾ ਕਰੋ ਫਿਰ ਰੋਟੀ ਟੁੱਕ ਤਿਆਰ ਭੁੱਖ ਬਹੁਤ ਲੱਗ ਰਹੀ ਐ ਹਾਂ ਹਾਂ ਕਰੀ ਜਾਂਦੇ ਆ ਬਸ ਸਬਜ਼ੀ ਕੱਟੀ ਜਾਂਦੇ ਆ ਆ ਗਿਆ ਵਿੰਦਰ ਟਾਈਮ ਬਾਲੀ ਲਾਤਾ ਬੈਲੈਂਸ ਪਾਉਣ ਗਏ ਨੇ ਉਹੀ ਗੱਲ ਕਰਦੇ ਤੇ ਸੀ ਅੱਜ ਦਾ ਪੁਰਾਣਾ ਯਾਰ ਮੇਰੀ ਮਿਲ ਗਿਆ ਤੀਗਾ ਜਗਿੰਦਰ ਜਿਹੜਾ ਫੌਜ ਚ ਭਰਤੀ ਹੋ ਗਿਆ ਸੀ ਅੱਛਾ ਅੱਛਾ ਉਹ ਫਰਮਾਹੀ ਵਾਲਾ ਹਾਂ ਹਾਂ ਬਾਈ ਅੱਜ ਬਾਵਾ ਚਿਰ ਬਾਅਦ ਮਿਲਿਆ ਮੈਨੂੰ ਅੱਛਾ ਮੈਂ ਬੈਲੈਂਸ ਪਵਾ ਕੇ ਬਾਹਰ ਨਿਕਲਿਆ ਉਹ ਜੁੱਤੀਆਂ ਦੀ ਗੰਧ ਜੁੱਤੀ ਪਵਾ ਕੇ ਬਾਹਰ ਨਿਕਲ ਗਿਆ ਸਾਡੀ ਇੱਕਦਮ ਨਿਗਾ ਪੈ ਗਈ ਪਤੰਦਰ ਘੁੱਟ ਕੇ ਜੱਫੀ ਪਾ ਕੇ ਮੈਨੂੰ ਕਹਿੰਦਾ ਬੜਾ ਚਿਰ ਹੋ ਗਿਆ ਕਹਿੰਦਾ ਯਾਰ ਤੈਨੂੰ ਮਿਲਿਆ ਹੀ ਨਹੀਂ ਗੇੜੇ ਨਹੀਂ ਮਾਰਿਆ ਕਹਿੰਦਾ ਤੂੰ ਕਦੇ ਮੈਂ ਕੀ ਗੇੜਾ ਮਾਰਾ ਤੂੰ ਡਿਊਟੀ ਤੇ ਹੁੰਨਾ ਮੈਂ ਸਭ ਕਦੀ ਘਰੇ ਹੁੰਨਾ ਜਾਂ ਖੇਤ ਹੁੰਨਾ ਤੂੰ ਮਾਰਿਆ ਕਰ ਮੈਂ ਮੇਰੇ ਲੋਕ ਜਦੋਂ ਡਿਊਟੀ ਤੋਂ ਆਉਣਾ ਹੁੰਨਾ ਛੁੱਟੀ ਹਾਂ ਉਹਨੂੰ ਕਹੇ ਫਿਰ ਮੈਨੂੰ ਕੀ ਪਤਾ ਹੁੰਦਾ ਕਹੇ ਵੀ ਤੂੰ ਛੁੱਟੀ ਆਇਆ ਹੋਇਆ ਹੂੰ ਬੰਦਾ ਖੈਰ ਬਹੁਤ ਵਧੀਆ ਯਾਰ ਹਾਂ ਬੰਦਾ ਬਹੁਤ ਵਧੀਆ ਨਾ ਬੰਦਾ ਤਾਂ ਪੂਰਾ ਵਧੀਆ ਉਹ ਮੈਂ ਉਹਨੂੰ ਬਥੇਰਾ ਜ਼ੋਰ ਲਾਇਆ ਸੀ ਮੈਂ ਚੱਲੀਏ ਘਰੇ ਕਹਿੰਦਾ ਨਾ ਮੈਨੂੰ ਹੁਣ ਕੰਮ ਆ ਕਹਿੰਦਾ ਫੇਰ ਮਾਰੂੰ ਗੇੜਾ ਅੱਛਾ ਹਾਂ ਰਾਵਣ ਫਿਰ ਕਿੰਨਾ ਕੁ ਟਾਈਮ ਲੱਗੂ ਰੋਟੀ ਤੇ ਬਸ ਵੱਧ ਤੋਂ ਵੱਧ 15 ਕੁ ਮਿੰਟ ਲੱਗਣਗੇ ਅੱਜ ਤਿੰਨੇ ਭਾਈ ਘਰੇ ਨੇ ਇਹਨਾਂ ਨੇ ਸਨੇਹਾ ਭੁੱਖ ਲੱਗ ਗਈ ਜਦੋਂ ਖੇਤ ਜਾਣਾ ਹੁੰਦਾ ਉਹਦਾ ਕਹਿੰਦੇ ਆ ਕੇ ਖਾਵਾਂਗੇ ਸਹੀ ਗੱਲ ਤੁਹਾਡੀ ਨਹੀਂ ਭੇਤਾਉਂਦਾ ਕੋਈ ਹੋਰ ਮੈਨੂੰ ਤਾਂ ਬਾਹਲੀ ਭੁੱਖ ਲੱਗਦੀ ਹੈ ਠੰਡ 'ਚ ਤੈਨੂੰ ਕੱਲੇ ਨਹੀਂ ਲੱਗਦੀ ਸਾਨੂੰ ਵੀ ਲੱਗਦੀ ਹੈ ਚੱਲ ਮੈਂ ਆਟਾ ਗੁੰਨਦੀ ਆ ਤੂੰ ਆਲੂ ਕੱਟ ਲੈ ਰਮਨ ਹਾਂ ਕੱਟ ਲੈ ਰਮਨ ਛੇਤੀ ਕਰ ਆਪਾਂ ਵੀ ਅੱਜ ਲੇਟ ਹੀ ਹੋ ਗਈ ਤੂੰ ਹੀ ਪਾਲੀ ਹਾਂ ਉਹ ਨਹਾਉਂਦੀਆਂ ਤੀਗੀਆ ਮੰਮੀ ਹੋਰੀਆ ਮਾ ਮੈਂ ਇਹਨੇ ਤੂੰ ਹੀ ਪਾਉਣੀ ਫਿਰ ਸੇਕ ਲਿਓ ਤੁਸੀਂ ਨਾ ਕੇ ਜਾਏ ਭੁਗਤੇ ਹਾਂ ਚੱਲ ਵਧੀਆ ਕਰੇ ਮੈਨੂੰ ਤਾਂ ਉੱਥੇ ਪਤਾ ਲੱਗਿਆ ਭੁਗਤੇ ਯਾਰ ਗੱਲਾਂ ਕਰਦੇ ਸੀਗੇ ਦਰਬਾਰੇ ਕੇ ਕਹਿੰਦੇ ਦੋਨੇ ਮੁੰਡੇ ਲੜ ਪਏ ਮੱਖਣ ਤੇ ਬਲਕਾਰਾ ਅੱਛਾ ਕਿਹੜਾ ਕਹਿੰਦੇ ਪਹਿਲਾਂ ਵੀ ਇਹਨਾਂ ਦੋਨੇ ਭਾਈਆਂ ਚ ਲੜਾਈ ਹੋ ਗਈ ਤੀ ਹਾਂ ਹੋਈ ਤੀ ਕਹਿੰਦੇ ਕੇਰਾਂ ਦੋ ਕਨਾਲਾਂ ਦਾ ਰੌਲਾ ਪਾਈ ਬੈਠੇ ਨੇ ਆਪਸ 'ਚ ਪਤਾ ਨਹੀਂ ਕੀ ਗੱਲਬਾਤ ਹੈਗੀ ਅਸਲ ਜੀ ਚੱਲਦੀ ਹੈ ਇਹਨਾਂ ਦੀ ਹਾਂ ਬਾਕੀ ਫਿਰ ਬੁੜੀਆਂ ਉਂਗਲਾਂ ਆਉਂਦੀਆਂ ਤੈਨੂੰ ਪਤਾ ਹੈ ਬੁੜੀਆਂ ਤਾਂ ਉਂਗਲਾਂ ਆਉਂਦੀਆਂ ਨੇ ਫਿਰ ਇਹਨਾਂ ਨੂੰ ਆਪ ਨੂੰ ਮਾੜਾ ਮਾੜਾ ਸੋਚਣਾ ਚਾਹੀਦਾ ਬੰਦਿਆਂ ਨੂੰ ਆਪ ਨਾ ਮੰਗਰ ਲੱਗਣਾ ਹੋਵੇ ਉਹ ਵੀ ਕੰਨਾਂ ਦੇ ਕੱਚੀ ਨੇ ਜਿਹੜੇ ਮੰਗਰ ਲੱਗਦੇ ਨੇ ਬੁੜੀਆਂ ਦੇ ਵੀ ਤੁਸੀਂ ਕਿਉਂ ਆਪ 'ਚ ਲੜਦੇ ਦੋਨੇ ਭਾਈ ਤੁਸੀਂ ਬਹਿ ਕੇ ਹੱਲ ਕਰ ਲਓ ਜੇ ਕੋਈ ਗੱਲ ਹੈਗੀ ਹੈ ਦੋ ਰਿਸ਼ਤੇਦਾਰਾਂ ਨੂੰ ਬੁਲਾ ਲਓ ਹੈਂ ਦੋ ਭੈਣ ਭਾਈਆਂ ਨੂੰ ਬੁਲਾ ਲਓ ਆਪਦਿਆਂ ਨੂੰ ਕੋਲੇ ਬਹਿ ਕੇ ਤੁਸੀਂ ਗੱਲ ਕਰ ਲਓ ਉਹੀ ਤਾਂ ਗੱਲ ਹੈ ਮੈਂ ਤਾਂ ਐਂ ਕਹਿੰਦਾ ਵੀ ਕੰਜਰੋ ਦੋ ਕਨਾਲਾਂ ਭਾਈਆਂ ਤੋਂ ਉੱਤੇ ਹੋ ਗਈਆਂ ਭਾਈ ਤਾਂ ਭਾਈ ਹੁੰਦੇ ਨੇ ਬਾਕੀ ਦਰਬਾਰੇ ਹੋਰੀ ਵਿਚਾਰੇ ਦੋਨੇ ਜੀ ਬਹੁਤ ਦੁਖੀ ਨੇਗੇ ਉਹ ਕਹਿੰਦੇ ਸਾਡਾ ਤਾਂ ਇਹੋ ਜਿਹੀ ਕਰਦਾ ਵੀ ਅਸੀਂ ਤਾਂ ਕਿਰਾਏ ਤੇ ਰਹਿਣ ਲੱਗ ਜੀ ਇਹਨਾਂ ਤੋਂ ਪਾਸਾ ਹੀ ਵੱਟ ਲਈਏ ਪਰਾਂ ਹੋਰ ਫਿਰ ਕੀ ਕਰਨ ਵਿਚਾਰੇ ਉਹਨਾਂ ਨੂੰ ਐਂ ਵੀ ਸਾਡੇ ਪੁੱਤ ਕਦੇ ਲੜੇ ਨੇ ਤੇ ਭਿੜੇ ਨੇ ਤੇ ਅਫਗਾਨੀਆਂ ਧੀਆਂ ਨੇ ਕੀ ਫੇਰ ਪਵਾਏ ਨੇ ਘਰੇ ਆ ਕੇ ਹੈਂ ਹੋਰ ਵਿਚਾਰੇ ਕੀ ਕਰਨ ਨਾ ਉੱਧਰ ਜੋਗੇ ਨੇ ਨਾ ਉੱਧਰ ਜੋਗੇ ਨੇ ਜੇ ਉਹਦੇ ਨਾਲ ਰਲਦੇ ਨੇ ਤਾਂ ਉਹ ਖਿੱਚਦਾ ਜੇ ਉਹਦੇ ਨਾਲ ਰਲਦੇ ਨੇ ਤਾਂ ਉਹ ਖਿੱਚਦਾ ਹੋਰ ਉਹ ਕਹਿੰਦੇ ਨੰਗੀ ਪਾਸੀ ਵੱਟ ਲੈਣੇ ਚੱਲ ਹੋਰ ਕੀ ਹੈ ਇਹ ਮਾਂ ਪਿਓ ਨੂੰ ਤਪਾਉਣਾ ਵਿੱਚ ਵਿਚਾਰੇ ਹੋਰ ਕੋਈ ਗੱਲ ਨਹੀਂ ਦੱਸ ਕੇ ਤੁਹਾਡਾ ਪਾਪਾ ਭਰ ਜੂਗਾ ਹੋਰ ਮਨ ਦੁਖੀ ਤਾਂ ਫਿਰ ਹੁੰਦਾ ਹੀ ਹੈ ਮਾਂ ਪਿਓ ਦਾ ਤਾਂ ਹੁੰਦਾ ਹੀ ਹੈ ਬਾਕੀ ਤਾਂ ਲੋਕ ਤਾਂ ਤਮਾਸ਼ਾ ਦੇਖਣ ਵਾਲੇ ਹੁੰਦੇ ਨੇ ਹੋਰ ਚੱਲ ਪਰਮਾਤਮਾ ਭਲੀ ਕਰੇ ਉਹ ਮੈਂ ਇੱਕ ਗੱਲ ਸੋਚਦੀ ਹੁੰਦੀ ਹਾਂ ਵੀ ਚੱਲ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਤਾਂ ਤਿੰਨੇ ਭਾਈਆਂ 'ਚ ਪੂਰਾ ਤਪਾਕ ਹੈਗਾ
सोनू देख के साड़ी दराणी जठानी की वधिया बनती है। एवें कहती है बिंदर ते काले ने भी कदे नहीं सोचा सोडे बारे च भी यह साडा मतरे आ भरा है, ना ही तुसी कदे सोचा भी यह मेरे मतरे ने। हाँ आपां भी नहीं कदे ऐ सोचा, ना ही इन्होंने सोची है कदे विचारे ने। एवें कह दिए ये तो जो मैं छोटा जिहा हुंदा सी बेबे मुक गई मेरी, बापू नूं चल रिश्तेदार कहण लग गए भी दूजा ब्याह करा लै, उन्हें करा लिया। दूजी बेबे दे कुखों होए ने ये दोनों, फिर एवें कहदे दूजी बेबे तो मेरे नाल वितकरा कर जांदी सीगी विच, पर इन्हां ने नहीं कदे करिया। वधिया असीं खेडदे रहे हांगे, वधिया वड्डे हो गए, चल वधिया चली जांदा हैगा, 9 किले जमीन दे ने वधिया आपदी रल मिल के करी जांदे सांझी, ऐं लोट आ रहा कम। नहीं नहीं वधिया करिया बापू ने, तो बहुत वधिया करिया। होर होर जिहड़े ने हमेशा सानूं इकट्ठे रख्या जोड़ के रख्या है, ते होर बापू तो मैनूं यही समझाउंदा रहिंदा सीगा नाले इन्हां नूं भी तुसीं सके भाई हो, तुसीं कदे फर्क नहीं आप च पाउणा। होर मैनूं कहिंदा भी इह तेरे दोनों छोटे भाई ने, तूं इन्हां नूं भाईआं वांगू ही प्यार करना, इन्हां नूं कहिंदा भी जस्सा तुहाडा भरा है वड्डा, तुसीं इहदी इज्जत करनी है पूरी। एवें कहिंदा मैं तां बापू दीआं गल्लां पल्ले मन लईआं, इन्हां ने भी मन लईआं, तां ही हुण वधिया साडे निभी जांदी है प्यार है, इकट्ठ चली जांदा है। नहीं अज कल देख लिया भी तीन तीन भाइयों का इकट्ठ चलना मुश्किल है, बहुत औखा है, तू मक्खन क्या कणी देख ले। चल परमात्मा करे ऐं बनती रहे अपने सारे परिवार च आपस च। होर यही तो कहने हैं, चल आप ही वधिया नेगियां पम्मी ते रमन यह भी वधिया रहिंदियां तेरे नाल, जे कितें माड़ियां आ जांदियां फिर। होर 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 बाकी मैं भी इन्हां नूं छोटियां भैणां वांगू रखदी हाँ, कदे 19-21 हो भी जावे जे हस के टाल जाने कदे मन ते लाई गल। मैं सोच रही हूँ सकियां भैणां कड़ा आपस में कुछ कहनियां नहीं हैगियां, यही फिर गुस्सा नहीं करदियां ओइयां ही हो जांदियां नेगियां ना, वधिया क्यों करदियां ने। होर ना वधिया वधिया समा फिर आप भी मैं हस के टाल जानियां ना, वधिया वधिया गुस्सा करे ना किसी गल दा, बड़े मोटी गल दा हुंदी रहदी हैगी, ओइयां ही गल्लां दा की हुंदा ऐ तो कहने ओह जे हो जांदा एक बारी जे माड़ा जिहा कह दे अगले नूं आप ही पता लग जांदा वी मैं यार गलत बोल पिया सी, वी पता तो लग ही जांदा अगले नूं। होर होर वी इहदा तां खोट नहीं ती मैं ही भखिया होया ती उदों ऐ तो पकदा पता लग जांदा जे हर एक बंदा ही समझण लग जे कल लड़ाइयां पैण किसे दे घरे। ये तो है सच, मैं तो बिंदर थोड़े नाल सलाह करदा ती यार, खेत वाला कोठा पटा के ना पा लीए, 2 कमरे पा लैने उत्थे वधिया है, अपना ब्रांड जिहा वाला हो रहा कोठा यार। होर भाई यार मैं तैनूं आप कहिंदा सीगा सारे ने देख के ना कहना वधिया माहौल बना रखा उहदे खेत बैठण दा, अपना तो बड़ा बेकार जिहा हो रहा है, अपने तो लगता जिवें किसी गरीब जिमीदार जिहदा होवे, होर अंदर बढ़न नूं मिन जी करदा। चल कोई गल नहीं बना लो प्रोग्राम फिर। हाँ ऐ कर लैने फिर, हाँ मिस्त्री पुछ लैने, कल मैनूं रामा मिस्त्री टकरिया थी। अच्छा वो वेला थोड़े दिन, उन्होंने देख के मेरे गल याद आ गई ना, पुछ लिया उन्होंने फिर की कहना। मैं उन्होंने कहा थी। अच्छा वो तो कुछ नहीं कहता, फिर मैं कहता मैं करदा सलाह मैं काले ते बिंदर नाल दसांगे तैनूं ना, कोई ना कह दी उन्हों, कोई गल नहीं कर लैने आपां मिस्त्री रामे नाल भी सलाह कर लैने, होर बुला ली उन्हों कोई ना। सही गल है, उह तां वधिया हो जू मूंह मत्थे जे लगण लग जू खेत ते, होर वधिया बण जूगा, नाल लेबर रखणी पै जांदी हैगी है झोने वेले, 2 कमरे पा लांगे छोटे छोटे। होर भाई लेबर तो फिर रखनी पैंदी आपां नूं, लेबर बिना जो सर्दी नहीं गा जीरी वेले, होर नाले आप बह जाने गे समा उत्थे, फिर गर्मियां च नहीं औखे हुंदे आगे, चल ठंड च तां नहीं लोड़ पैंदी, पखा पुखा लग जांदा बिजली दा प्रबंध वधिया हो जूगा। हां सही गल है, कर लो फिर तुसीं मिस्त्री नाल गल, जे वेला ही मिस्त्री करवा लो ए कम। होर 2 दिहाड़ी रख लांगे, बाकी आपां तिन्ने भाई हैगी आ। हां हां सही गल है भाई तेरी। होर जे वाली गल है भाई, 2 मिस्त्री पुछ लैने, 1 होर पुछ लैने, ऐ है भी छेती कम खिंचने जे देख लो फिर, ऐ कर लियो ऊं भी आपां दिहाड़ी तां देनी है, ਮੇਰੇ ਕੋਲ ਚਲ ਠੀਕ ਹੈ ਫਿਰ ਫੋਨ ਕਰ ਦਿਆਂਗੇ ਮਾੜੇ ਥਾਂ ਉਹ ਵੀ ਨੀ ਖੜਦੇ, ਸਰਦਾਰ ਬਹੁਤ ਵਧੀਆ ਹੈਗਾ ਕੋਠਾ, ਸਹੀ ਗੱਲ ਵਧੀਆ ਚ ਆਏ ਹੁਣ, ਚੱਲ ਨਾਲੇ ਆਪਾਂ ਪਾਉਣਾ ਹੀ ਪਾਉਣਾ ਹੁਣ।
बाकी जेड़े हिसाब नाल स्पीड है ना मिस्त्रियों की मैं लगता छेती नहीं मिट देंगे काम। चल वधिया छेती निबड़ जाए जे बाकी हुण दिन भी छोटे छोटे ने गर्मियां दी राय करदा करदा भाई सियाल जाके काम शुरू करे। ये तो जो काम ने होना हुंदा ना ओदी हुंदा हुंदा कोई ना निबड़ देंगे निबड़ जूगा काम। रावण जस्सा बाई पैर तो डिग पिया हस्पताल दाखिल कराया। हाए किवें तुसीं आए इकट्ठे जिहे खड़े हो? ओ तां भाभी बाई जस्से नूं माड़ा जिहा हस्पताल च दाखिल कराया पैर टुट गई थी पैर तो डिग पिया। मैं चढ़ जूंगा मर्जी वेंगड़ जा बेकार जाती आ लग्या पिया ती उहनूं तां बाली तो नहीं लगी सट कि जान के ना दस दे होव की पता लगे वा भी जाके पता लगे हूँ तो डॉक्टर दसूगा भी किमें कोई गल नहीं बई ढिलियां गल कर हो जाएगा ठीक बथेरा हौसला रख किमें हौसला रख ला मिंदरा केड़ी गल का हौसला रखा जब डॉक्टर ने कही दिता भी सारी उम्र तू स्टैंड तो बिना तुर फिर ही नहीं सकता मेरी तो सारी जिंदगी बर्बाद होगी। कोई ना बई हौसला रख असी सारे तेरे नाल आ हुण आपां नूं की पता सी भी ऐ कर क्या गल बण जू नहीं हजे मिस्त्री ना ही लाउंदे आपां नाले मैं मेरे साकड़ दिहाड़ी नूं कहा भी तू आ वेंगड़ जा ना बन बई ये है नहीं किसे कम दा ये टुट जूगा मेरे कहंदे कहंदे बनता उह तां जदों बई चढ़िया नाल दी नाल टुट गया बई ढूहे परने डिग पिया रीढ़ दी हड्डी सट वजी होर हुण की पता की नुक्स बह गया रीढ़ दी हड्डी च जिहड़ा बई तो तुरिया फिरिया ही नहीं जांदा। आरा फड़ो दुद्ध दवाई ले लो। मैं गई थी लंबरदारा का स्टैंड पूछना उन्होंने बुढ़ी की लत्त टुट गई थी ना हूँ तो ठीक है कहते बुढ़ी साड़ी उस स्टैंड पर किसी गया होगा कोई लोड़वंद ले गया होना होर मंग के कोई कहने वो भी ठीक है हूँ उन्होंने घरों मंगवा देंगे सूनू कोई ना चल फिर ले आवे देखो हम स्टैंड आ जूगा हौली हौली तुम हम तुरंत की कोशिश करो स्टैंड से कोई ना मैं तो कदम सोचे नहीं थी सुपाल भी सारी जिंदगी स्टैंड से तू कड़नी पजूगी बाकी मैंने तो हूँ ए भी नहीं पता भी स्टैंड से भी मैं तो तुरै जाऊगा कि ना ले तुरे क्यों नहीं जाना तुरे जाऊगा कोई ना तुसी हौसला रखो परमात्मा करूगा हौली हौली ठीक आह हुण तां करता परमात्मा ने ठीक केड़ा करना थी मैनू तां नहीं लगता हुण भी ठीक आ जाऊं कदे मैं तां कदे किसे दा माड़ा भी नहीं करिया ती सुपाल पता नहीं किहड़े जन्मां दा बदला ले लिया परमात्मा ने जिहड़ा मैनू जिउंदे नूं लाश बनाता कोई गल नहीं तुसी हौसला रखो अही जे लोग भी पए ने जिहड़े सारी उम्र मंजे च पए रहिंदे ने कोई ना तुसी स्टैंड लगा तुर फिर लाओगे डॉक्टर ने इन्नी गल तो अपन कही थी भी स्टैंड पर तुरन लग जूगा यह कोई ना तुसी परमात्मा से भरोसा रखो जे हुण स्टैंड पर तुरन लग गए तो हौली हौली दूजू भी तुरन लग जूंगे क्यों झूठा दरवासा दिनी है सुपाल दूजू वाला तो बरके ही पाड़ दे जो डॉक्टर ने अपन स्पष्टता कहता थी कहना नहीं तुर सकता है ओहो तुसी क्यों मन खराब करते हो चुप करो हो जाओगे ठीक
ਕੋਈ ਨਾ ਜਦੋਂ ਮੈਂ ਤੁਹਾਡੇ ਨਾਲ ਆ ਚੁੱਪ ਕਰੋ ਤੁਸੀਂ ਐ ਨਹੀਂ ਕਰਦੇ ਹੁੰਦੇ ਹਰ ਕਦਮ ਤੇ ਤੁਹਾਡੇ ਨਾਲ ਆ ਤੁਸੀਂ ਫਿਕਰ ਨਾ ਕਰੋ ਐਵੇਂ ਨਹੀਂ ਮਨ ਖਰਾਬ ਕਰੀਨਾ ਹੁੰਦਾ ਆਪਾਂ ਹੌਸਲੇ ਨਾਲ ਜ਼ਿੰਦਗੀ ਕੱਢਣੀ ਐ ਡੋਲ ਗਏ ਤਾਂ ਬਸ ਕਦੇ ਵੀ ਨਹੀਂ ਡੋਲਣਾ ਜ਼ਿੰਦਗੀ 'ਚ ਮੈਂ ਹੈਗੀ ਹਾਂ ਤੁਹਾਡੇ ਨਾਲ ਠੀਕ ਹੈ ਸਰ ਚੱਲ ਮੈਂ ਗਲਾਸ ਤੇ ਰਿਆਵਾਂ चलो 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 हौली हौली आए तो रखो चलो 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 हौली 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 है कर लिया करो बस हौली 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 फर्क पड़ेगी हौली 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 पूरी खिचड़ी में जाए थक गए ना बगे जाऊँ हौली हौली खड़ जा माड़ा जा पूरी खिचड़ा नहीं बजा हौली हौली काल ना करो काल ना करो बस ये हौली हौली तुर लिया करो तुसी हौली हौली सुन सुभा बन जूगा स्कंजे का है सुनू ए लगता उपरा जा लत्तां ते थोड़ी जान नहीं हैगी तां करके उपरा ए लगता सांझा फुलदा थोड़ा तुरदे दा दमजा चढ़दा है कमजोरी भी पेगी ना महीना डेढ़ महीना हो गया मंजे ते तुसी लत्त नहीं ला के देखिएगी पे करके भी हो गया ना दवाई मेरी किन्ने क दिन रहेगी सुभा दो दिन की रहेगी को होर ए बंगा पाता रे डॉक्टर ने कहे दवाई सारी उम्र खानी पौगी 3500 दी दवाई आउंदी है महीने की केड़ा लैंदा फिरूगा यार जब भी है भी कोई ना डॉक्टर ने कहा पंगा पाता दवाई तो हम खानी पौगी हम स्टैंड तो तुरन भी तुम लगे गए है डॉक्टर ने कहा जो दवाई तो खानी जरूरी है फिर खानी तो पौगी हूँ होर खानी तो पौगी कहती जे दवाई छड़ती होर ना नुकस बद जे कित होर मंजे ते पैना पैजे जमी ना ना तुम सही जे बोलना बोलो दवाई तो हम खानी पौगी खाई सरूगा दवाई तो चल कोई ना बिंदर नू कह दी तू कह दवाई लिया दी कोई ना मैं कह दूंगी बिंदर नू कल नू दवाई नू दो दिन की पई है हजे तो ठीक है आ दे देंगे फिर और पहने बड़ा जा हैं पहने दे पाई दे बिंदर भाई मैं तो तेरे मैं कहती मैं तेरे भाई की दवाई दो दिन की रही है मैं अजकल च ले आई चंगा मेरी गल सुन भाभी 4000 के नेड़े आ जाती वो दवाई महीने की जो डॉक्टर ने उन्होंने कह ही दिता भी हूँ उठ तो सकता नहीं है फिर हूँ दवाई खा के की करनी है कि हर महीने 3500 रुपये खर्चे उ गल है फिर हम दवाई खाई ना करे जो तुरै तो जाता नहीं है जो डॉक्टर ने कही दिता स्पष्ट भी भाई ये तुर ही नहीं सकता हूँ इन एवं दवाई खवाई जानी है जो तुरै फिर तो जाता नहीं डॉक्टर ने आख्या भी माड़ा मोटा देखो जो भाई तुर लेता स्टैंड से तुर पाया करूगा मेरी गल सुन काले भाई अपन डॉक्टर ने कहा थी भी इन्हें सारी उम्र दवाई खानी पेगी जे दवाई छड़ाती भी मंजे च ही पै सकता डॉक्टर ने कहा था है अपन भी रोग बढ़ सकता है मंजे च ही पै सकता है जे अज तक आप दवाई खवाई है उन्होंने ता ही माड़ा मोटा स्टैंड तुर लगे भाई दवाई तो उन्होंने खवानी पेगी जे खवानी पेगी तो आपके पलों खवाया कर भाभी साढ़े को है नहीं इन्ने पैसे कि हर महीने 3500 रुपये खर्चे ना कोई काम कर सकता ना धंधा कर सकता है सारा दिन मंजे से बैठा रहा आराम नाल सानू पुछ के देख दो भाइयों जो सारा दिन खेत खपते हैं कमाल हो गए भाई बिंदर साढ़े कनियो जे साढ़े मुसीबत पई है तो तू सही जी गल कर लग गए मैं तो कहीं सुफने च भी नहीं सोचा थी भाई भी तू सही जी गल करोगे आखिर थोड़ा बड़ा भाई आहो वो जान के नहीं मंजे च पिया आ तू सही जी गल कर लग गए माड़ी मोटी शर्म कर लो बिंदर नाले वो कड़ा जान के मंजे च पिया परमात्मा ने मारी यही जी पाती नाले वो कड़ा कम करदा नहीं खेतों च सोनू तो इन्ना कम करने भी दी जिन्ना वो आप करता थी जो तो रब ने मुसीबत पाती अच्छ मंजे च पै गया तो तुम पैसों बारे सोच लग गए क्यों ना पैसा सोचिए भाभी सानू पता पैसा किवें कमाई दा तैनू तो आउंदियां ने गल्लां तू कड़ा खेत काम करके देखे तानू पुछ के देख जदों डॉक्टर ने कही दिता भी यह ठीक नहीं हुंदा
ਚੱਲ ਜੇ ਠੀਕ ਹੁੰਦਾ ਹੋਵੇ ਅਸੀਂ ਫੇਰ ਵੀ ਦਵਾਈ ਲਿਆ ਦਈਏ ਹੁਣ ਐਵੇਂ ਹਰ ਮਹੀਨੇ ਅਸੀਂ 3500-3600 ਰੁਪਏ ਲਾਈ ਜਾਇਆ ਕਰੀਏ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀ ਆ ਭਾਬੀ ਕਹਿੰਦੀ ਬਾਈ ਨੂੰ ਦਵਾਈ ਲਿਆ ਦਿਓ ਆ ਤੇ ਮੁੱਕਣ ਵਾਲੀ ਹੈ ਇੱਕ ਦੋ ਦਿਨਾਂ ਦੀ ਰਹਿ ਗਈ ਇੱਕ ਦੋ ਦਿਨਾਂ ਨੂੰ ਲਿਆ ਦਿਓ ਕਹਿੰਦੀ 3500-3600 ਦੀ ਆਉਂਦੀ ਹੈ ਹਰੇਕ ਮਹੀਨੇ ਕਿੱਥੋਂ ਲਿਆ ਦਈਏ ਇਹਨਾਂ ਨੂੰ ਸਹੀ ਗੱਲ ਹੈ ਸੁਖਪਾਲ ਜਦੋਂ ਆਪਾਂ ਨੂੰ ਡਾਕਟਰ ਨੇ ਕਹੀ ਦਿੱਤਾ ਵੀ ਠੀਕ ਤਾਂ ਉਹਨੇ ਹੋਣਾ ਹੀ ਨਹੀਂ ਫਿਰ ਕਿਉਂ ਦਵਾਈ ਖਵਾਈ ਜਾਣੀ ਹੈ ਐਵੇਂ ਖਰਚਾ ਕਰੀ ਜਾਣਾ ਉਹੀ ਤਾਂ ਗੱਲ ਹੈ ਮੈਂ ਤਾਂ ਆਪ ਪਹਿਲਾਂ ਇਹਨਾਂ ਨੂੰ ਕਹਿ ਕੇ ਹਟੀ ਸੀ ਮੇਰੀ ਗੱਲ ਸੁਣ ਭੈਣੇ ਕੋਈ ਉਹ ਸ਼ੌਂਕ ਨੂੰ ਤਾਂ ਦਵਾਈ ਖਾਈ ਜਾਂਦਾ ਡਾਕਟਰ ਨੇ ਕਿਹਾ ਤੀ ਵੀ ਸਾਰੀ ਉਮਰ ਦਵਾਈ ਖਾਣੀ ਪਊਗੀ ਤਾਂ ਖਾਂਦਾ ਕਿਹਾ ਤਾਂ ਹੈਗਾ ਤੀ ਉਹਨੇ ਵੀ ਜੇ ਦਵਾਈ ਛਡਾਤੀ ਤੁਸੀਂ ਨੇ ਜਿਹੜਾ ਰੀੜ ਦੀ ਹੱਡੀ ਦਾ ਨੁਕਸ ਹੈ ਵਾਲਾ ਨਾ ਵਾਧਾ ਵੱਜ ਕੇ ਤੇ ਮੰਜੇ 'ਚ ਪਿਆ ਰਹਿ ਜੇ ਤਾਂ ਦਵਾਈ ਖਾਂਦਾ ਮੈਨੂੰ ਤਾਂ ਤੁਹਾਡੀ ਐ ਨਹੀਂ ਸਮਝ ਆਉਂਦੀ ਆਹ ਤੁਸੀਂ ਕਹਿੰਦੇ ਜੇ ਗੱਲਾਂ ਕਰਨ ਲੱਗ ਗਏ ਮਾੜਾ ਮੋਟਾ ਤਾਂ ਸੋਚੋ ਉਹਦੇ ਬਾਰੇ 'ਚ ਅਸੀਂ ਤਾਂ ਤੁਹਾਡਾ ਹੌਸਲਾ ਮੰਨ ਕੇ ਬੈਠੇ ਤੀ ਸੰਤਾ ਪਤੀ ਨਹੀਂ ਤੀ ਤੁਹਾਡੇ ਦਿਲ ਦਿਮਾਗ 'ਚ ਇਹ ਗੱਲਾਂ ਚੱਲੀ ਜਾਂਦੀਆਂ ਨੇ ਮੇਰੀ ਗੱਲ ਸੁਣ ਭੈਣੇ 5-400 ਦੀ ਦਵਾਈ ਹੋਵੇ ਅਸੀਂ ਤਾਂ ਵੀ ਦਵਾ ਦਈਏ ਹਰ ਮਹੀਨੇ 3500-3600 ਦੀ ਦਵਾਈ ਬਿਨਾਂ ਕਾਰਨ ਤੋਂ ਅਸੀਂ ਵੀ ਖਵਾਈ ਜਾਈਏ ਕੁਛ ਨਹੀਂ ਹੁੰਦਾ ਇਹਨੂੰ ਜੇ ਮੰਜੇ ਤੇ ਪੈ ਜੂ ਤਾਂ ਕੀ ਹੋ ਜੂ ਇਹ ਦੁੱਧ ਤੋਂ ਵੀ ਕੀ ਹੋ ਜੂ ਤੁਰਿਆ ਨਹੀਂ ਜਾਂਦਾ ਵਾਸਤਾ ਨਹੀਂ ਫੜ ਕੇ ਸਟੈਂਡ ਜਾਂ ਡੱਫ ਡੱਫ ਕਰਦਾ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਰਾਵਣ ਜਮਾਨ ਸੰਭਾਲ ਕੇ ਗੱਲ ਕਰ ਭੈਣੇ ਉਹ ਰੱਬ ਤੋਂ ਡਰ ਰੱਬ ਤੋਂ ਡਰ ਕੇ ਗੱਲ ਕਰੀਂਦੀ ਹੁੰਦੀ ਹੈ ਪਤਾ ਨਹੀਂ ਰੱਬ ਕਿਹੜੇ ਵਾਕੀ ਤੇ ਵਕਤ ਪਾ ਦੇ ਤੂੰ ਮੈਨੂੰ ਸਮਝਾ ਜੇ ਨਾ ਮੇਰੇ ਤੇ ਰੋ ਪਾਉਣ ਦੀ ਲੋੜ ਨਹੀਂ ਮੈਂ ਤੈਨੂੰ ਦੱਸਦਾ ਮੈਂ ਡੱਡੇ ਛੋਟ ਦਾ ਲਿਹਾਜ਼ ਨਹੀਂ ਦੇਖਦੀ ਜੇ ਸੱਚ ਤੋਂ ਨਹੀਂ ਦਵਾਈ ਜਾਂਦੀ ਦਵਾਈ ਜੇ ਲਿਹਾਜ਼ ਇਥੋਂ ਲਿਆਉਣੀ ਹੈ ਆਹੋ ਆਪ ਹੀ ਦਵਾ ਲਿਆ ਸਾਨੂੰ ਕੀ ਕਿਤੋਂ ਮਰਜ਼ੀ ਲਿਆ ਨਾ ਆਪੀ ਮੈਂ ਕਿੱਥੋਂ ਲਿਆ ਕਰਾਂ ਮੈਂ ਤਾਂ ਇਹਨਾਂ ਤੋਂ ਮੰਗਣੇ ਨੇ ਜਿਹੜੇ ਜ਼ਮੀਨ ਵਾਉਂਦੇ ਨੇ 9 ਕਿੱਲੇ ਜ਼ਮੀਨ ਦੇ ਨੇ 3 ਕਿੱਲੇ ਹਿੱਸਾ ਤਾਂ ਹੈਗਾ ਸਾਡਾ ਉਹ ਤੂੰ ਰਹਿਣ ਦੇ ਭਾਬੀ ਕਿਹੜਾ 3 ਕਿੱਲੇ ਹਿੱਸਾ ਬਣਦਾ ਤੁਹਾਡਾ 1 ਕਿੱਲਾ ਬਣਦਾ ਤੁਹਾਡਾ 4-4 ਕਿੱਲੇ ਮੇਰੇ ਤੇ ਕਾਲੇ ਦੇ ਨੇ ਉਹ ਗੱਲ ਸੁਣੋ ਏ ਬਿੰਦਰਾ ਛੋਡੇ 4-4 ਕਿੱਲੇ ਕਿਵੇਂ ਬਣ ਗਏ 9 ਕਿੱਲਿਆਂ ਚੋਂ ਤੀਜਾ ਹਿੱਸਾ ਬਣਦਾ ਮੇਰਾ ਨਾਲੇ ਤੁਸੀਂ ਆ ਗੱਲਾਂ ਤੇ ਆ ਕੇ ਖੰਜਰਾ 'ਚ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਤੇ ਇਹੋ ਜਿਹੇ ਨਿਕਲੋਗੇ ਤੁਸੀਂ ਅੱਜ ਮੇਰੇ ਤੇ ਮੁਸੀਬਤ ਪੈ ਗਈ ਤੁਸੀਂ ਮੇਰਾ ਸਾਥ ਹੀ ਛੱਡ ਗਏ ਆਪਦੇ ਵੱਡੇ ਭਾਈ ਦੀ ਦਵਾਈ ਬੋਝ ਲੱਗਣ ਲੱਗੀ ਤੁਹਾਨੂੰ ਕਿਹੜਾ ਵੱਡਾ ਭਰਾ ਅਸੀਂ ਦੋਨੇ ਸਕੇ ਭਾਈ ਹੈਗੇ ਆ ਤੂੰ ਕਿੱਧਰੋਂ ਆਇਆ ਸਾਡਾ ਭਰਾ ਤੂੰ ਕਿਹੜਾ ਸਾਡੀ ਮਾਂ ਦੀ ਕੁੱਖੋਂ ਜਨਮ ਲਿਆ ਮਤਰਿਆ ਹੈਗਾ ਤੂੰ ਅੱਛਾ ਹੁਣ ਮੈਂ ਮਤਰਿਆ ਹੋ ਗਿਆ ਹੁਣ ਮੇਰੇ ਤੇ ਮੁਸੀਬਤ ਪੈ ਗਈ ਨਾ ਹੁਣ ਮੈਂ ਮਤਰਿਆ ਹੋ ਗਿਆ ਕੋਈ ਨਾ ਮੇਰਾ 3 ਕਿੱਲੇ ਬਣਦਾ ਜ਼ਮੀਨ 'ਚ ਹਿੱਸਾ ਮੈਨੂੰ ਤਾਂ ਮੇਰਾ ਹਿੱਸਾ ਹੀ ਦੇ ਦਿਓ ਭਾਈ ਹੋਰ ਨਾ ਤੈਨੂੰ ਦੇ ਦਈਏ ਕਿਹੜੇ ਬਣਦੇ ਨੇ ਤੇਰੇ 3 ਕਿੱਲੇ ਕਿੱਲਾ ਬਣਦਾ ਇਧਰ ਆਓ ਤੈਨੂੰ ਦੱਸਦੀ ਗੱਲ ਆ 4-4 ਕਿੱਲੇ ਤਾਂ ਅਸੀਂ ਰੱਖਣੇ ਆ ਨਾ ਤੇਰੀ ਮਾਂ ਦੀ ਬਿਮਾਰੀ ਤੇ ਕਿੰਨੇ ਪੈਸੇ ਲਾਏ ਸੀ ਮੇਰੇ ਬਾਪੂ ਨੇ ਲੱਖਾਂ ਰੁਪਏ ਜਾੜਤਾ ਸੀ ਉਹਨੇ ਉਹ ਵੀ ਅਸੀਂ ਕੱਟਾਂਗੇ ਨਾ ਬਾਪੂ ਉਹ ਮੇਰਾ ਨਹੀਂ ਸੀ ਤੁਹਾਡਾ ਕੱਲਾ ਬਾਪੂ ਸੀ ਐਂ ਦੱਸੋ ਉਹਨੇ ਮੇਰੀ ਮਾਂ ਤੇ ਪੈਸੇ ਲਾਏ ਸੀ ਆਪਦੇ ਘਰ ਵਾਲੀ ਤੇ ਪੈਸੇ ਲਾਏ ਸੀ ਤੁਹਾਨੂੰ ਇਹ ਗੱਲ ਨਾਲ ਕੀ ਚੱਕਰ ਹੋ ਗਿਆ ਓਏ ਹੈ ਤੁਸੀਂ ਬਹਾਨੇ ਕਹੇ ਜੇ ਪਾਣ ਲੱਗੇ ਜ਼ਮੀਨ ਦੱਬਣ ਦੇ ਮਾਰੇ ਜ਼ਮੀਨ ਦੱਬਣ ਦੇ ਮਾਰੇ ਨਹੀਂ ਅਸੀਂ ਸਾਰਾ ਹਿਸਾਬ ਕਿਤਾਬ ਕਰਾਂਗੇ ਆ ਤੇਰੇ ਤੇ ਵੀ ਲੱਗਿਆ 2 ਲੱਖ ਰੁਪਏ ਉਹ ਵੀ ਆਪਾਂ ਕੱਟਾਂਗੇ ਹਾਂ ਮੇਰੇ ਤੇ ਤਾਂ 2 ਲੱਖ ਰੁਪਏ ਲੱਗਿਆ ਠੀਕ ਹੈ ਨਾ ਜਦੋਂ ਤੇਰੇ ਸਾਲੇ ਦਾ ਐਕਸੀਡੈਂਟ ਹੋਇਆ ਸੀ ਆਪਾਂ 1 ਲੱਖ ਰੁਪਏ ਦੀ ਮਦਦ ਕਰੀ ਤੇ ਉਹਨਾਂ ਦੀ ਓਹੋ ਜਿਆਦਾ ਬਕਵਾਸ ਨਾ ਕਰ ਬਾਈ ਖਬਰਦਾਰ ਜੇ ਮੇਰੇ ਭਾਈ ਨੂੰ ਵਿੱਚ ਲਿਆਂਦਾ ਤਾਂ ਲੈ ਇਹ ਕੀ ਗੱਲ ਹੋਈ ਰਮਣ ਜਦੋਂ ਇਹ 2 ਲੱਖ ਰੁਪਏ ਸੁਣਾਈ ਜਾਂਦੇ ਨੇ ਫਿਰ ਇਹ ਵੀ ਗੱਲ ਕਰਨੀ ਬਣਦੀ ਆ ਉਰੇ ਚੱਲ ਕੋਈ ਗੱਲ ਨਹੀਂ ਕੋਈ ਨਾ ਤੁਸੀਂ ਜਿੰਨਾ ਮਰਜ਼ੀ ਖਰਚਾ ਪਾ ਦਿਓ ਮੇਰੇ ਤੇ ਫਿਰ ਵੀ 1/2 ਕਿੱਲੇ ਬਣੂਗਾ ਨਾ ਤੁਸੀਂ 2 ਕਿੱਲੇ ਕਾਦੇ ਵਾਸਤੇ ਦੱਬਣ ਨੂੰ ਫਿਰਦੇ ਹੋ ਮੇਰੇ ਉਹ ਤਾਂ ਦੱਬੇ ਗਏ ਸਮਝ ਮੇਰੀ ਗੱਲ ਸੁਣ ਲੈ ਸਿੱਧਾ ਹੋ ਕੇ 1 ਕਿੱਲਾ ਮਿਲੂਗਾ ਤੈਨੂੰ ਜੇ ਲੈਣਾ ਲੈਣਾ ਨਹੀਂ ਉਹ ਵੀ ਨਹੀਂ ਮਿਲਣਾ ਐਂ ਕਿ ਮੇਰੇ ਮਿਲਣਾ ਐਂ ਮੈਂ ਧੱਕਾ ਨਹੀਂ ਹੋਣ ਦਿੰਦਾ ਕਿੱਲਾ ਕਿਵੇਂ ਦੱਬ ਲੂੰਗੇ ਨਾ ਕੀ ਕਰ ਲੇਗਾ ਫਿਰ ਤੂੰ ਆ ਲੰਗੜੇ ਜਾਂ ਖੜੇ ਉੱਥੇ ਜਾਂਦਾ ਨਹੀਂ ਉਹੀ ਤਾਂ ਗੱਲ ਹੈ ਮਾਰਾ ਨੇ ਧੱਕਾ ਹੋ ਜਾ ਕੇ ਡਿੱਗੇ ਆ ਮਾਰ ਕੇ ਦਿਖਾਵਾਂ ਤੈਨੂੰ ਨਾ ਨਾ ਵਿੰਦਰ ਇਹ ਕੰਮ ਨਾ ਕਰੀ ਬਾਈ ਫਿਰ ਮੇਰੀ ਗੱਲ ਸੁਣ ਲਓ ਸਿੱਧੇ ਹੋ ਕੇ ਕਿੱਲਾ ਲੈ ਕੇ ਆਪਦੇ ਨਾ ਪੁਰਾਣੇ ਘਰ ਵੱਜੋ ਉੱਥੇ ਰਹਿਣ ਲੱਗ ਜਾਓ ਠੀਕ ਹੈ ਨਾ ਸਮਝ ਗਏ 1 ਕਿੱਲਾ ਤੁਹਾਨੂੰ ਮਿਲ ਜੂਗਾ ਜਿਹੜਾ ਗਰਨਾਲ ਦੇ ਨਾਲ ਲੱਗਦਾ 1-2 ਦਿਨ ਸਮਾਨ ਚੱਕ ਕੇ ਨਿਕਲ ਜਾਓ ਇਹ ਤੁਹਾਨੂੰ ਮੈਂ ਦੱਸਦਾ ਹਾਂ ਫਿਰ ਸਾਥੋਂ ਧੱਕਾ ਧੁੱਕਾ ਵੱਜ ਜੂਗਾ ਫਿਰ ਸਾਹ ਲਾ ਲਾ ਆਪਦਾ ਨਾਲੇ ਮੰਜੀ ਜੀ ਪੈ ਰਹੇਗਾ ਉਰੇ ਕੋਈ ਗੱਲ ਨਹੀਂ ਬਾਈ ਬਗ ਜੰਗ ਕੋਈ ਗੱਲ ਨਹੀਂ ਸੁਖਪਾਲ ਉਹ ਤਾਂ ਘਰ ਦੀਆਂ ਛੱਤਾਂ ਹੀ ਡਿੱਗਣ ਵਾਲੀਆਂ ਨੇ ਕੋਈ ਗੱਲ ਨਹੀਂ ਜੇ ਛੱਤ ਡਿੱਗ ਪੂਗੀ ਫੇਰ ਕੀ ਹੋ ਜੂਗਾ ਜਿਹੜਾ ਕੋ ਸੱਜ ਹੋਇਆ ਆਪਣੇ ਨਾਲ ਛੱਤ ਡਿੱਗਣ ਆਈ ਹਜੇ ਕਸਰ ਰਹਿ ਗਈ ਚੱਲ ਹੌਲੀ
बहुत भैड़ी करी सफाल उन्होंने अपने नाल। मैं तो कदे सोचे नहीं थी भी ऐं करनगे वह। मैं तो हमेशा उन्होंने छोटे भाई समझिया थी, आपदे इन्ना प्यार करता थी मैं। सालियां ने देख लो अपने नाल की करिए। होर भैड़ी तो वाली ज्यादा करिए, आप फिर कुछ कर नहीं सकते, अपने पास नहीं है कुछ, तुम तुर फिर नहीं सकते, मैं जनानी कुछ कर नहीं सकती। बस परमात्मा ने कोई बदला लेना अगले पिछले जन्म का, वो ले रहे आप तो। मैं तो यही नहीं समझ आती यार, मैं एडा की पाप करता जेड़ा परमात्मा मेथों आ बदले ले रहा है। हैं मेरे करके तू भी सुपाल किड्डी नजायज सजा भुगती जानी है, किड्डे दुख च फस गई तू भी मेरे करके। मैं तो कहना सुपाल तू मैनू छड्ड के भग जा, होर मेरे पिछे क्यों जिंदगी बर्बाद कर दी तू। माड़ा जा मूँह संभाल के गल करो, तुम मैं एड्डी मतलब समझ लिया, सारी उम्र मैं सोडे सिर ते ऐश करी है, अज सोडे ते वक्त पै गया, मैं सानू छड्ड के भज जा, वाह होए तेरे। कोई गल नहीं, जे सुख च तेरे नाल ती दुख च भी तेरे नाल ही खड़ूंगी, अज तो यह मूँह गल तो कड़ती, एदू मुड़के ना कड़ दियो कि। मैं तो ऐ कहना सुपाल भी मैं हूँ करन कराने जोगा तो है नहीं, कुछ तुरया मेथों नहीं जाता, कुछ कमात के तो लिया नहीं सकता मैं, अपना गुजारा कितों चलूगा, खावे की आप। कोई गल नहीं, तुसी फिकर ना करो, मैंने कपड़े सियाने तो आते नहीं गे, मैं आंढ गुआढ़ बुढ़िया कह दूंगी भी मेरे तो कपड़े समा लिया करो, मेरी मदद करो तुम। कोई गल नहीं फिकर ना कर, तू रोटी का गुजारा मैं आपे कर लूँगी। चलो एवं टेंशन ना करो, रोटी का तो कर लेंगे जुगाड़, दवाई का दवाई वाली महंगी आती है। कोई गल नहीं, किला अपने को जमीन का भी है, ठेका भी आया करूगा, 80-85 हज़ार ठेके का भी आया करूँ, वो दवाई आ जा करू तेरी है। चलो बाकी दुद्ध बाद अपने घर है। सुखपाल लोगों के कपड़े सियाने लग गई मैं सुने। हाँ कहते ने माड़ा मोटा काम जो रुड़ पिया। हाँ कहते तो है भाभी, ਐਵੇਂ ਤੁਸੀਂ ਬਹੁਤ ਵੱਡੀ ਗਲਤੀ ਕਰੀ, ਜਿੱਥੇ 2 ਕਿੱਲੇ ਦੱਬੇ ਸੀ ਕਿੱਲਾ ਹੋਰ ਦੱਬ ਲੈਂਦੇ। ਕੋਈ ਗੱਲ ਨਹੀਂ, ਹੁਣ ਦੱਬ ਲੈਣੇ, ਹੁਣ ਕੀ ਹੋ ਗਿਆ, ਇਹ ਆਪ ਤਾਂ ਉਹ ਕਿੱਲਾ ਕਰਦਾ ਨਹੀਂ ਹੈਗਾ, ਠੇਕੇ ਦਿੰਦਾ ਬਿੰਦੂ ਗਿਆ ਨੂੰ। ਉਹ ਤਾਂ ਕੰਮ ਔਖਾ ਹੈ ਬਾਈ, ਬਿੰਦੂ ਦਾ ਸਵਾਹ ਨਹੀਂ ਹੈਗਾ, ਨਾਲੇ ਉਹ ਕਹੂਗਾ ਮੇਰੀ ਜ਼ਿੰਮੇਵਾਰੀ ਹੈ, ਮੇਰੇ ਕੋਲ ਠੇਕੇ 'ਤੇ ਹੈ। ਚੱਲ ਕੋਈ ਗੱਲ ਨਹੀਂ, ਜਿਹੜਾ ਕੁਛ ਹੋਣਾ ਸੀ ਹੋ ਗਿਆ, 2 ਕਿੱਲੇ ਤਾਂ ਆਪਣੇ ਕੋਲ ਆ ਗਏ, ਉਹੀ ਬਹੁਤ ਹੈ। ਹਾਂ ਇਹ ਤਾਂ ਹੈ। ਪਿਸ਼ਾਬ ਕਰਨਾ ਤੇ ਚੱਲ ਕੇ ਮੈਨੂੰ ਬੋਲ ਮਾਰ ਦਿੰਦਾ, ਦੱਸ ਕੱਲਾ ਕਿਉਂ, ਕੋਈ ਨਾ ਫਿਰ ਕੀ ਹੋ ਗਿਆ, ਕੱਲਾ ਦੱਸ ਕਿਉਂ ਖੜਾ ਹੋਇਆ, ਲੈ ਪੁੱਛ ਕੇ ਹੋ ਖੜਾ। ਬਾਥਰੂਮ ਕਰਕੇ ਉਹਨੇ ਮੰਜਾ ਕਰਾ, ਮਾੜਾ ਜਿਹਾ ਬਹਿ ਜਾ, ਖੜ ਜਾ ਖੜ ਜਾ, ਉਰੀ ਖਿੱਚੇ ਤੈਨੂੰ। ਮੈਨੂੰ ਬੋਲ ਮਾਰਦਾ ਤੂੰ, ਦੱਸ
ਹੋਰ ਸੱਟ ਖਾਵੇਗਾ ਹੈ ਮਾ ਕੀ ਬੋਲ ਮਰੂੰ ਚੱਲ ਸਿਵਿਆਂ ਨਹੀਂ ਚੱਲ ਕੋਈ ਨਾ ਫੇਰ ਕੀ ਹੁੰਦਾ ਦੀ ਬਿੰਦਨਾ ਕੀ ਲੱਗਦਾ ਤੀਗਾ ਤੂੰ ਹੀ ਚ ਦਰਦ ਹੀ ਬੜਾ ਹੋਣ ਲੱਗਿਆ ਸਫਲ ਬੜਾ ਹੋ ਜਾਂਦਾ ਹੋਰ ਐਵੇਂ ਮਰ ਜਾ ਹੋਰੀ ਜੱਬ ਖੜਾ ਕਰ ਲਿਆ ਜਦ ਤੂੰ ਮੈਨੂੰ ਬੋਲ ਮਾਰ ਲੈਂਦਾ ਐ ਕਰ ਮੈਂ ਡਾਕਟਰ ਤੇ ਲੈ ਕੇ ਵਗ ਜਾਂ ਤੈਨੂੰ ਆ ਲਛਮਣ ਕੇ ਦੇਖਾਂ ਮੈਂ ਮੁੰਡੇ ਨੂੰ ਘਰੇ ਤੈਨੂੰ ਭਰਾ ਦੇ ਮੈਂ ਲੈ ਪਾਉ ਬੈ ਜਾ ਮੜ ਜਾ ਚੱਲ ਮੈਂ ਲਿਓ ਨਹੀਂ ਭੱਜ ਕੇ ਬੁਲਾ ਤੂੰ ਹੀ ਪਰ ਨੇੜੇ ਪੈ ਗਏ ਨੇ ਹੁਣ ਨਹੀਂ ਫੇ ਠੀਕ ਹੁੰਦਾ ਉਹ ਆਹੋ ਹੁਣ ਕਦੇ ਠੀਕ ਹੋਣਾ ਉਹਨੇ ਹੁਣ ਤਾਂ ਮੰਜੇ ਤੇ ਰਹੂ ਸਾਰੀ ਉਮਰ ਪਹਿਲਾਂ ਤਾਂ ਮਾੜਾ ਮੋਟਾ ਸਟੈਂਡ ਨਾਲ ਤੁਰਿਆ ਫਿਰਦਾ ਸੀ ਉਹ ਹਾਂ ਹੋਰ ਸ਼ਹਿਰ ਲੈ ਕੇ ਗਏ ਨੇ ਕਹਿੰਦੇ ਡਾਕਟਰ ਕੋਲੇ ਆਹੋ ਉਹੀ ਡਾਕਟਰ ਕੋਲੇ ਲਗਾਏ ਨੇ ਜਿਹਦੇ ਕੋਲੇ ਪਹਿਲਾਂ ਲਗਾਏ ਸੀ ਅੱਛਾ ਹਾਂ ਫਿਰ ਉਸੇ ਕੋਲ ਹੀ ਲੈ ਗਏ ਹੋਣਗੇ ਹੋਰ ਕਿਹਦੇ ਕੋਲ ਜਾਣਾ ਉਹਨਾਂ ਨੇ ਸੱਚ ਬਾਈ ਯਾਰ ਮੈਂ ਤਾਂ ਤੈਨੂੰ ਉਹ ਕਹਿੰਦਾ ਸੀ ਖਲਜੀ ਮੁੱਕਰੀ ਤੇ ਲੈ ਆਉਂਦੇ ਆਪਾਂ ਕੋਈ ਨਾ ਠੰਡਾ ਹੈ ਜਮਣਾ ਚੜ ਜਾਂਦੇ ਸੂਰਜ ਫਿਰ ਚੱਲਦੇ ਆ ਨਾਲੇ ਸਮਾਨ ਜਾ ਲਿਆਉਣ ਨਾਲ ਤੀ ਰਾਮਨ ਕਹਿੰਦੀ ਚਾਗੜ ਮੁੱਕੇ ਪਏ ਉਹ ਵੀ ਲਿਆਉਣ ਨਾਲ ਲੈ ਆ ਮੈਂ ਕੋਈ ਨਾ ਐਂ ਕਰ ਰਾਮਨ ਫਿਰ ਦੇਖ ਲੈ ਕੋਈ ਹੋਰ ਚੀਜ਼ ਵੀ ਕਈ ਵਾਰੀ ਸੌਦੇ ਪੱਤੇ ਚ ਪਤਾ ਨਹੀਂ ਲੱਗਦਾ ਕੋਈ ਨੂਣ ਹਲਦੀ ਮਿਰਚ ਮਸਾਲਾ ਭਾਈ ਦੇਖਦੀ ਆ ਰੋਜ਼ ਰੋਜ਼ ਕਿਹੜਾ ਜਾਇਆ ਜਾਂਦਾ ਦੇਖ ਹਨ ਬਣਾ ਦੇ ਪਰਚੀ ਠੰਡਾ ਨਾਲੇ ਵਾਰੀ ਵਾਰੀ ਕਿਹੜੇ ਕਿੱਥੇ ਲੱਗਦੇ ਨੇ ਠੰਡ ਚ ਨਾ ਜਾਣ ਇਹ ਨਾ ਅੱਖੇ ਲੱਗਣ ਫਿਰ ਵਾਰੀ ਵਾਰੀ ਆ ਤਾਂ ਸੁਪਾਲ ਪ੍ਰਮਾਤਮਾ ਨੇ ਚਮਤਕਾਰ ਹੀ ਕਰਤਾ ਜੋ ਡਾਕਟਰ ਨੇ ਨਾ ਸਕੈਨ ਵਾਲੀ ਮਸ਼ੀਨ ਜੀ ਲਾਈ ਮੇਰੀ ਟੂਹੀ ਤੇ ਨਾਲੇ ਐਕਸਰਾਇਆ ਕਰਿਆ ਮੈਨੂੰ ਤਾਂ ਇੱਥੇ ਮਖਾਏ ਨਾ ਕਹਦੇ ਡਾਕਟਰ ਵੀ ਤੇ ਤੂੰ ਤਾਂ ਹੁਣ ਸਟੈਂਡ ਤੇ ਵੀ ਨਹੀਂ ਤੁਰਿਆ ਜਾਣਾ ਪਰ ਉਹਨੇ ਤਾਂ ਹੋਰ ਹੀ ਗੱਲ ਸੁਣਾਤੀ ਇਹ ਤਾਂ ਬਹੁਤ ਵੱਡਾ ਚਮਤਕਾਰ ਹੋ ਗਿਆ ਚਮਤਕਾਰ ਤਾਂ ਹੋ ਹੀ ਗਿਆ ਬਾਈ ਵੱਡਾ ਚਮਤਕਾਰ ਹੋ ਗਿਆ ਤਾਂ ਮੈਨੂੰ ਤਾਂ ਅੰਦਰ ਅੰਦਰ ਹੀ ਪ੍ਰਮਾਤਮਾ ਦੇ ਭਰੋਸਾ ਸੀ ਵੀ ਜਦੋਂ ਮੈਂ ਕਿਸੇ ਦਾ ਵਾੜਾ ਨਹੀਂ ਕਰਦੀ ਮੇਰਾ ਮਾੜਾ ਕਿਉਂ ਕਰੂਗਾ ਆਪੇ ਠੀਕ ਹੋਵੇਗਾ ਤੂੰ ਮੈਨੂੰ ਤਾਂ ਹੈਗਾ ਦੀ ਭਰੋਸਾ ਹੀ ਵੈਗਰੂ ਤੇ ਸੱਚੇ ਪਾਤਸ਼ਾਹ ਨੇ ਮੇਰਾ ਤਾਂ ਭਰੋਸਾ ਟੁੱਟਣ ਨਹੀਂ ਦਿੱਤਾ ਡਾਕਟਰ ਨੇ ਵੀ ਹੁਣ ਕਹੀ ਦਿੱਤਾ ਵੀ ਹੌਲੀ ਹੌਲੀ ਨੁਕਸ ਘੱਟ ਜੂਗਾ ਸਟੈਂਡ ਵੀ ਛੱਡ ਜਾਓਗੇ ਤੁਸੀਂ ਐਂ ਤੁਰਨ ਲੱਗ ਜਾਓਗੇ ਹੋਰ ਹੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਤੇਰਾ ਆਸਾਨ ਨਹੀਂ ਮੈਂ ਜ਼ਿੰਦਗੀ ਭਰ ਭੁੱਲ ਸਕਦਾ ਜਿਹੜਾ ਤੂੰ ਕਰਿਆ ਮੇਰੇ 'ਤੇ ਬਹੁਤ ਵੱਡਾ ਆਸਾਨ ਕਰਿਆ ਵਾਹਿਗੁਰੂ ਮੈਂ ਫਿਰ ਐਂ ਤੁਰਨ ਲੱਗ ਜੂੰਗਾ ਸੁਪਾਲ ਵਧੀਆ ਹਾਂ ਹਾਂ ਐਂ ਤੁਰਨ ਲੱਗ ਜਾਓਗੇ ਤੁਸੀਂ ਰੱਬ 'ਤੇ ਪੂਰਾ ਭਰੋਸਾ ਰੱਖੋ ਜਿਵੇਂ ਚੰਗੀ ਤਰ੍ਹਾਂ ਤੁਰਨ ਲੱਗ ਜਾਓਗੇ ਪਹਿਲਾਂ ਵਾਂਗੂ ਤੁਸੀਂ ਖੁਰਾਕ 'ਤੇ ਜ਼ੋਰ ਦਿਓ ਬਸ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਆ ਜਾਓ ਆ ਜਾਓ ਜਿੱਤ ਲਿਆ ਹੁਣ ਤਾਂ ਕੰਮ ਜਿੱਤ ਲਿਆ ਬਹਿ ਜਾਓ ਆ ਜਾਓ ਸਾਹ ਲੈ ਲਓ ਨਾ ਇੱਕ ਕਿਹੜਾ ਹੋਰ ਕੱਢ ਕੇ ਆਉਣਾ ਚੱਲ ਚੰਗਾ ਤੁਹਾਡੀ ਮਰਜ਼ੀ ਆ ਐਂ ਕਰ ਚਾਹ ਧਰ ਲੈਨੇ ਠੀਕ ਹੈ ਬਾਹਲੀ ਦੂਰ ਨਾ ਜਾਇਓ ਨਾ ਨਾ ਹੈ ਚਲੋ ਅਸਾਂ ਹੌਲੀ ਹੌਲੀ ਬਹੁਤ ਫਰਕ ਪੈ ਗਿਆ ਹੁਣ ਤਾਂ ਪੋਚ ਕੇ ਪੋਚ ਕੇ ਖੜ ਜਾ ਮੈਂ ਬਾਹਰ ਖੋਲਦਾ ਖੜ ਜਾ ਖੜ ਜਾ ਖੜ ਜਾ ਚੰਗਾ ਜੋ ਹੇ ਸੱਚੇ ਪਾਤਸ਼ਾਹ ਤੇਰਾ ਕਿਵੇਂ ਧੰਨਵਾਦ ਕਰਾਂ ਹਾਂ ਐ ਮਰੀ ਜਾਂਦੀਆਂ ਕੁੱਤਿਆਂ ਦੀ ਭਕਾਈ ਐ ਸਹੀ ਕਿਵੇਂ ਤੁਰਨ ਲੱਗ ਜੂ ਭਕਾਈ ਕਿਉਂ ਮਰੀ ਜਾਂਦੀਆਂ ਮੈਨੂੰ ਚਰਨੋ ਤਾਈ ਨੇ ਆਪ ਦੱਸਿਆ ਜਿਵੇਂ ਸਹੀ ਤੁਰਨ ਲੱਗ ਗਿਆ ਉਹ ਅੱਛਾ ਕਮਾਲ ਹੋ ਗਈ ਯਾਰ ਕਿੰਨਾ ਚਿਰ ਹੋ ਗਿਆ ਡਾਕਟਰ ਨੇ ਆਖਿਆ ਤਾਂ ਹੈਗਾ ਤੂੰ ਸਾਰੀ ਉਮਰ ਹੀ ਨਹੀਂ ਤੁਰ ਸਕਦਾ ਮੈਂ ਤਾਂ ਆਪ ਹੈਰਾਨ ਆਏ ਗੱਲ ਤੋਂ ਇਹ ਤਾਂ ਉਹ ਗੱਲ ਹੋ ਗਈ ਕਿ ਕੁੱਬੇ ਦੇ ਵੱਜੀ ਲੱਤ ਕੁੱਬੇ ਨੂੰ ਰਾਸ ਆ ਗਈ ਇਹਨੂੰ ਤਾਂ ਡਿੱਗਣਾ ਹੀ ਰਾਸ ਆ ਗਿਆ ਹੋਰ ਇਹ ਤਾਂ ਚੜਦੇ ਲੈਂਦੇ ਤੇ ਗੱਲ ਸੁਣੀ ਵੀ ਡਾਕਟਰ ਦੀ ਗੱਲ ਝੂਠ ਹੋ ਜੂਗੀ ਕਦੇ ਉਹੀ ਤਾਂ ਗੱਲ ਹੈ ਮੈਂ ਤਾਂ ਐ ਕਹਿੰਦਾ ਸੀ ਯਾਰ ਕੱਲ ਮੈਨੂੰ ਹਾਕਮ ਮਿਲਿਆ ਸੀ ਵੀਰੇ ਕਾ ਅੱਛਾ ਉਹ ਕਹਿੰਦਾ ਯਾਰ ਮੇਰੇ 2 ਕਿੱਲੇ ਨੇ ਤੁਹਾਡੇ ਨਾਲ ਲੱਗਦੇ ਆ ਤੁਸੀਂ ਠੇਕੇ ਤੇ ਲੈ ਲਓ
ਮੈਂ ਯਾਰ ਦੇਖਾਂਗੇ ਉਹ ਕਹਾਂ ਦੇਖਣਾ ਕੀ ਹੈ ਕਹਿੰਦਾ ਤੁਹਾਡੇ ਨਾਲ ਲੱਗਦਾ ਤੁਸੀਂ ਲੈ ਲਓ ਠੇਕੇ ਤੇ ਮੈਂ ਚੱਲ ਯਾਰ ਮੈਂ ਕਰੂੰ ਸਲਾਹ ਕਾਲੇ ਨਾਲ ਤੂੰ ਦੱਸ ਕਾਲਾ ਕਿਵੇਂ ਕਰੀਏ ਨਾ ਦੇਖ ਲੈ ਯਾਰ ਫਿਰ ਤੇਰੇ ਕਿਵੇਂ ਲੋਟ ਲਾ ਦੇ ਤੈਨੂੰ ਜਿਵੇਂ ਤੈਨੂੰ ਲੋਟ ਲਾ ਦਾ ਉਹ ਮੈਂ ਦੇਖ ਲਾ ਮੈਂ ਤਾਂ ਐਂ ਕਹਿੰਦਾ ਤੈਨੂੰ ਯਾਰ ਆਪਣੇ ਕੋਲ 8 ਕਿੱਲੇ ਹੈਗੀ ਤੀ ਵਧੀਆ ਆਪਾਂ ਕੀ ਲੈਣਾ ਤੀਗਾ ਹੈ ਉਹ ਤਾਂ ਗੱਲ ਤੇਰੀ ਠੀਕ ਹੈ ਉਹ ਕਹਿੰਦਾ ਯਾਰ ਤੁਹਾਡੇ ਨਾਲ ਲੱਗਦਿਆ ਕਹਿੰਦਾ ਰੱਖ ਲਓ ਤੁਸੀਂ ਠੇਕੇ ਤੇ ਮੈਂ ਯਾਰ ਜਿੱਥੇ 8 ਬੋਣੇ ਉੱਥੇ 10 ਬਾਲਿਆ ਕਰਾਂਗੇ ਹੈ ਕੁਛ ਨਾ ਕੁਛ ਤਾਂ ਬਚਾਊਗੀ ਹਾਂ ਇਹ ਤਾਂ ਗੱਲ ਠੀਕ ਹੈ ਖਰਾ ਬਚਾਉਣਾ ਤਾਂ ਹੈਗੀ ਆ ਮੇਰਾ ਵੀ ਦੋ ਚਿੱਤੇ ਜੀ ਹੋ ਰਿਹਾ ਯਾਰ ਔਰ ਮੇਰਾ ਤਾਂ ਆਪ ਦੋ ਚਿੱਤਾ ਮਨ ਹੋ ਰਿਹਾ ਹੁਣ ਕਿਵੇਂ ਕਰੀਏ ਯਾਰ ਦੱਸ ਕਿਵੇਂ ਤਾਂ ਹੁਣ ਫਿਰ ਯਾਰ ਦੇਖ ਲੈ ਜੇ ਕੋਈ ਤੀਜਾ ਬੰਦਾ ਹੁੰਦਾ ਉਹਦੀ ਸਲਾਹ ਲੈ ਲੈਂਦੇ ਆਪਾਂ ਤੀਜੇ ਦੀ ਕਿਹੜੇ ਦੀ ਸਲਾਹ ਲਈਏ ਹੁਣ ਸਲਾਹ ਤਾਂ ਮੈਂ ਦੇ ਦੇਣਾ ਮੈਂ ਤਾਂ ਕਹਿੰਦਾ ਯਾਰ ਤੁਸੀਂ ਲੈ ਲਓ ਠੇਕੇ ਤੇ ਤੂੰ ਬਾਈ ਜੱਸੇ ਤੂੰ ਇੱਥੇ ਕੀ ਲੈਣਾ ਹੈ ਮੈਂ ਤੁਹਾਨੂੰ ਇੱਥੇ 10-20 ਡਾਂਗਾ ਦੇਣਾ ਆ ਖੜ ਜਾਓ ਮੇਰੇ ਸਾਲਿਓ ਪਜਲਾ ਸਾਲਿਆ ਪਜਲਾ ਬਾਈ ਪਜਲਾ ਭੱਜ ਗਏ ਸਾਲੇ ਸੁੱਕ ਵਿਛਾਉਣ ਵਾਲੀ ਜਗ੍ਹਾ ਜੀ ਥੱਲੇ ਅਸੀਂ ਬਾਈ ਤੁਹਾਨੂੰ ਦੋਨਾਂ ਜਾਣਿਆਂ ਨੂੰ ਲੈਣ ਆਏ ਹਾਂ ਸਾਡੇ ਨਾਲ ਚੱਲੋ ਬਾਈ ਪੁਰਾਣੇ ਘਰ 'ਚ ਅੱਜ ਚਾਹੇ ਤੂੰ ਸਾਡੇ ਮਗਰ ਡਾਂਗ ਲੈ ਕੇ ਪੈ ਗਿਆ ਸੀ ਬਾਈ ਪਰ ਜਦੋਂ ਅਸੀਂ ਤੈਨੂੰ ਡਾਂਗ ਲੈ ਕੇ ਭੱਜਦੇ ਦੇਖਿਆ ਨਾ ਬਾਈ ਸੱਚੀ ਮਨ ਬਹੁਤ ਖੁਸ਼ ਹੋਇਆ ਸਾਡਾ ਵੀ ਸਾਡਾ ਭਰਾ ਉਵੇਂ ਤੁਰਨ ਫਿਰਨ ਲੱਗ ਗਿਆ ਉਵੇਂ ਭੱਜਣ ਲੱਗ ਗਿਆ ਹੋਰ ਬਾਈ ਸਾਡੀਆਂ ਤਾਂ ਅੱਖਾਂ 'ਤੇ ਪੜਦਾ ਪੈ ਗਿਆ ਸੀ ਜਿਹੜਾ ਅਸੀਂ ਤੁਹਾਨੂੰ ਦੋਨਾਂ ਨੂੰ ਘਰੋਂ ਕੱਢ ਬੈਠੇ ਸਾਡੀਆਂ ਤਾਂ ਹੁਣ ਜਾ ਕੇ ਅੱਖਾਂ ਖੁੱਲੀਆਂ ਨੇ ਬਾਕੀ ਸਾਨੂੰ ਆਂਡੀਆਂ ਗਵਾਂਢੀਆਂ ਨੇ ਸਮਝਾਇਆ ਵੀ ਤੁਸੀਂ ਸਾਰੇ ਜਣੇ ਰਲ ਮਿਲ ਕੇ ਰਹੋ ਆਖਿਰ ਜੱਸਾ ਤੁਹਾਡਾ ਵੱਡਾ ਭਾਈ ਹੈ ਸਹੀ ਗੱਲ ਹੈ ਬਾਈ ਲੋਕਾਂ ਨੇ ਸਾਨੂੰ ਬਹੁਤ ਸਮਝਾਇਆ ਬਾਕੀ ਸਾਨੂੰ ਖੁਸ਼ੀ ਬਹੁਤ ਹੋਈ ਬਾਈ ਜਿਸ ਦਿਨ ਸਾਨੂੰ ਪਤਾ ਲੱਗਿਆ ਵੀ ਤੂੰ ਤੁਰਨ ਫਿਰਨ ਲੱਗ ਗਿਆ ਮੈਂ ਤੇ ਪੰਮੀ ਭੈਣ ਤਾਂ ਗੁਰੂ ਘਰ ਜਾ ਕੇ ਗੁਰੂ ਦਾ ਸ਼ੁਕਰਾਨਾ ਕਰਕੇ ਆਇਆ ਬਾਈ ਵੀ ਤੂੰ ਵਧੀਆ ਤੁਰਨ ਫਿਰਨ ਲੱਗ ਗਿਆ ਤੇ ਹੋਰ ਬਾਈ ਮੈਂ ਤੇ ਬਿੰਦਰ ਬਾਈ ਵੀ ਆਉਂਦੇ ਹੋਏ ਗੁਰੂ ਘਰ ਮੱਥਾ ਟੇਕ ਕੇ ਆਏ ਆ ਤੂੰ ਸਾਡਾ ਵੱਡਾ ਭਾਈ ਹੈ ਸਾਨੂੰ ਛੋਟੇ ਭਾਈਆਂ ਨੂੰ ਮਾਫ ਕਰ ਦੇ ਬਾਈ ਆਪਾਂ ਸਾਰਿਆਂ ਨੇ ਇਕੱਠੇ ਰਹਿਣਾ ਬਾਈ ਰਲ ਮਿਲ ਕੇ ਘਰ 'ਚ ਇਤਫਾਕ ਰੱਖਣਾ ਅਸੀਂ ਤੁਹਾਨੂੰ ਲੈਣ ਆਏ ਆ ਤੁਸੀਂ ਸਾਡੇ ਨਾਲ ਚੱਲੋ ਹੁਣ ਤੁਸੀਂ ਇਹ ਘਰ 'ਚ ਨਹੀਂ ਰਹਿਣਾ ਠੀਕ ਹੈ ਇਹ ਘਰੇ ਹੁਣ ਅਸੀਂ ਨਹੀਂ ਰਹਿੰਦੇ ਪਰ ਇਹ ਘਰ 'ਚ ਹੁਣ ਤੁਸੀਂ ਰਹੋਗੇ ਸਾਲੇ ਕੁੱਤਿਓ ਕੰਜਰ ਦੇ ਪੁੱਤੋ ਜੇ ਕੋਈ ਸਕੂਲ 'ਚ ਤੁਹਾਨੂੰ ਕੋਈ ਜਵਾਕ ਤੰਗ ਕਰਦਾ ਸੀਗਾ ਮੈਂ ਜਾ ਕੇ ਚਪੇੜਾ ਮਾਰਦਾ ਤੇ ਅਗਲੇ ਦੇ ਹੈਂ ਵੀ ਮੇਰੇ ਭਾਈਆਂ ਨੂੰ ਤੰਗ ਕਰਦੇ ਹੋ ਤੁਸੀਂ ਮੈਨੂੰ ਆਹ ਨਾਮਦਾਰੀ ਦਿੱਤੀ ਮੇਰੀ ਤਾਂ ਮਾਂ ਮਰ ਗਈ ਤੀ ਛੋਟੇ ਹੁੰਦੇ ਦੀ ਤੁਹਾਡੀ ਮਾਂ ਵੀ ਜ਼ਿਆਦਾ ਚਿਰ ਜਿਉਂਦੀ ਨਹੀਂ ਰਹੀ ਫਿਰ ਚੱਲ ਬਾਪੂ ਵੀ ਤੁਰ ਗਿਆ ਮੈਂ ਤੁਹਾਨੂੰ ਪਾਲ ਪੋਸ ਕੇ ਐਡੇ ਕਰਿਆ ਫਿਰ ਤੁਹਾਡਾ ਵਿਆਹ ਕਰਿਆ ਹੈ ਮੈਨੂੰ ਤਾਂ ਇਹ ਲੱਗਦਾ ਹੁੰਦਾ ਸੀ ਵੀ ਤੈਨੂੰ ਆਪਾਂ ਇੱਕੋ ਕੁੱਖੋ ਜੰਮੇ ਆ ਮਾਂ ਦੇ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੈਂ ਬੁੱਕਲ ਦੇ ਸੱਪ ਵਾਲੀ ਬੈਠਾ ਜਿਹਨਾਂ ਨੇ ਇੱਕ ਦਿਨ ਮੇਰੇ ਡੰਗ ਮਾਰਨੀ ਮਾਰਨਾ ਹਾਂ ਜਦੋਂ ਮੁਸੀਬਤ ਪੈ ਗਈ ਉਦੋਂ ਸਾਨੂੰ ਘਰੋਂ ਕੱਢਤਾ ਹੈ ਉਦੋਂ ਕੀ ਗੱਲਾਂ ਕਰਦੇ ਤੇ ਭੁੱਲ ਗਏ ਤੁਸੀਂ ਸਾਰੀਆਂ ਹੁਣ ਜਦੋਂ ਪਤੰਦਰ ਤੁਰਨ ਫਿਰਨ ਲੱਗ ਗਿਆ ਹੁਣ ਤੁਹਾਡਾ ਭਰਾ ਬਣ ਗਿਆ ਕੋਈ ਦੀਨਮਾਨ ਹੈਗਾ ਕਿ ਨਾ ਮੈਨੂੰ ਐਂ ਤਾਂ ਦੱਸ ਦਿਓ ਮੇਰੀ ਗੱਲ ਸੁਣ ਲਓ ਸਾਲੇ ਕੁੱਤਿਓ ਨਹੀਂ 3 ਕਿੱਲੇ ਨਾਲੇ ਮੈਂ ਬਾਹੂੰਗਾ ਜੇ ਉਹਦੇ 'ਚ ਜਾ ਕੇ ਖੜੇ ਹੋ ਨਾ ਮੈਂ ਅੱਖਾਂ ਕੱਢ ਦੂੰ ਕਿਸੇ ਖਾਲ 'ਚ ਉੱਥੇ ਹੋਵੋਗੇ ਨਾ ਬਾਈ ਯਾਰ ਸਾਨੂੰ ਕੀ ਲੋੜ ਆ ਤੇਰੀ ਜ਼ਮੀਨ ਰੱਖਣ ਦੀ ਤੂੰ ਆਪਦੀ ਜ਼ਮੀਨ ਬਾਹ ਬੀਜ ਉਹ ਤਾਂ ਐਵੇਂ ਸਾਲਾ ਸਾਡੀ ਅੱਖਾਂ ਤੇ ਪੜਦਾ ਪੈ ਗਿਆ ਸੀ ਨਾਲੇ ਮੇਰੀ ਇੱਕ ਗੱਲ ਸੁਣ ਲਓ ਬੁੱਧਵਾਰ ਨੂੰ ਮੈਂ ਆਪਦਾ ਸਮਾਨ ਲੈ ਕੇ ਉੱਥੇ ਆ ਰਿਹਾ ਆਪਣੇ ਘਰੇ ਆਪਣਾ ਕਾਹਦਾ ਹੁਣ ਮੇਰੇ ਘਰੇ ਤੁਸੀਂ ਆਪਦਾ ਲੈ ਕੇ ਸਮਾਨ ਨਾ ਖਿਸਕ ਜਿਓ ਉਦੋਂ ਪਹਿਲਾਂ ਨਹੀਂ ਐਂ ਹਿਸਾਬ ਲਾ ਲਿਓ ਮੇਰਾ ਦਿਮਾਗ ਬਹੁਤ ਖਰਾਬ ਹੋ ਰਿਹਾ ਹੈ ਤੁਸੀਂ ਬਚਦੇ ਨਹੀਂ ਉਹਦੇ ਜਾਂ ਫਿਰ ਮੈਂ ਨਹੀਂ ਬਚਦਾ ਨਹੀਂ ਨਹੀਂ ਬਾਈ ਆਪਾਂ ਇਹ ਜਿਹਾ ਕੰਮ ਹੀ ਨਹੀਂ ਕਰਨਾ ਆਪਾਂ ਤਾਂ ਲੜਾਈ ਮਟਾਉਣੀ ਹੈ ਕੋਈ ਨਾ ਤੁਸੀਂ ਉੱਥੇ ਵਗ ਜਿਓ ਅਸੀਂ ਉਰੇ ਆ ਜਾਾਂਗੇ ਬਾਈ ਸਮਾਨ ਲੈ ਕੇ ਹਾਂ ਬਾਈ ਮੈਂ ਤੁਹਾਡੇ ਮੂਰੇ ਹੱਥ ਬੰਨਦੀ ਹਾਂ ਆਪਾਂ ਕਿਸੇ ਤਰ੍ਹਾਂ ਦੀ ਨਾ ਕੋਈ ਲੜਾਈ ਕਰਨੀ ਹੈ ਨਾ ਕਲੇਸ਼ ਕਰਨਾ ਅਸੀਂ ਬਾਈ ਚਾਰੇ ਜਣੇ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਮੈਂ ਸਾਰੀ ਉਮਰ ਤੁਹਾਨੂੰ ਮਾਫ ਨਹੀਂ ਕਰ ਸਕਦਾ ਬਸ ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਚੁੱਪ ਕਰਕੇ ਤੁਸੀਂ ਆਪਦਾ ਕੰਮ ਕਰੋ ਮੈਂ ਆਪਦਾ ਜੇ ਕਿਸੇ ਨੇ ਮੇਰੇ ਕੰਮ 'ਚ ਟੰਗ ਅੜਾਉਣ ਦੀ ਕੋਸ਼ਿਸ਼ ਕਰੀ ਹੈ ਨਾ ਮੈਂ ਛੱਡਦਾ ਨਹੀਂ ਫਿਰ ਉਹਨੂੰ ਇਹ ਮੈਂ ਤੁਹਾਨੂੰ ਦੱਸਦਾ ਨਾ ਨਾ ਬਾਈ ਯਾਰ ਸਾਨੂੰ ਕੀ ਲੋੜ ਹੈਗੀ ਅਸੀਂ ਕਰਦੇ ਹਾਂ ਤਿਆਰੀ ਉੱਥੋਂ ਸਮਾਨ ਚੱਕਣ ਦੀ ਸਹੀ ਗੱਲ ਆ ਤੁਹਾਡੀ ਅਸੀਂ ਤੁਹਾਡੇ ਬੁੱਕਲ ਤੇ ਸੱਪਾਂ ਤੇ ਫੇਰ ਭਰੋਸਾ ਕਰ ਲਈਏ ਤੁਸੀਂ ਮੌਕਾ ਆਉਣ ਤੇ ਫੇਰ ਸਾਡੇ ਡੰਗ ਮਾਰ ਜਾਓ ਹੈ ਹੋਰ ਭਰੋਸਾ ਨਾ ਕਿਤੇ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਦਾਬ ਨਮਸਕਾਰ ਤੁਸੀਂ ਜੁੜੇ ਹੋ ਪਿੰਡੂ ਵਿਰਸਾ ਦੇ ਨਾਲ ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ ਮੁਕੇਸ਼ ਜਿੰਦਲ ਪਾਣੀਪਤ ਨੀਨਾ ਰਾਣੀ ਅਮਨਦੀਪ ਸਿਰਸਾ ਅਵਤਾਰ ਸਿੰਘ ਦਰਸ਼ਨ ਚਾਹਲ ਬਰੇਟਾ ਗੁਰਮਨ ਬਰਾੜ ਬਠਿੰਡਾ ਅਮਨਦੀਪ ਸਿੰਘ ਮਾਨਕਪੁਰ ਅਜੈ ਬੌਲਖ ਭਲਵਾਨ ਤਹਿਸੀਲ ਧੂਰੀ ਰਾਜਵਿੰਦਰ ਕੌਰ ਕਨੇਡਾ ਸਤਨਾਮ ਕੌਰ ਬਰਗਾੜੀ
ਦਲਵੀਰ ਸਿੰਘ ਚੱਕ ਜਾਣੇ ਸਰ ਫਾਜ਼ਿਲਕਾ, ਸਾਹਿਬਜੋਤ ਸਿੰਘ ਜਗਸੀਰ ਪੱਕਾ ਬਠਿੰਡਾ, ਹਰਦੀਪ ਸਿੰਘ ਦੀਪਾ ਦਿਆਲਪੁਰ ਮਿਰਜ਼ਾ ਬਠਿੰਡਾ, ਬਲਵੀਰ ਕੌਰ ਚੱਕਰ ਜ਼ਿਲ੍ਹਾ ਲੁਧਿਆਣਾ, ਰਾਜਵਿੰਦਰ ਸਿੰਘ ਕਮਾਲੂ ਸਵੈਚ, ਬਲਜੀਤ ਮਾਨ ਭੁੰਨ ਰਹੇੜੀ, ਦੇਸ ਰਾਜ ਕੌਰ ਬਾਜਵਾ ਸਰਹੰਦ, ਮਨਦੀਪ ਸਿੰਘ ਕਾਕੂਵਾਲਾ ਅਤੇ ਮਨਜੀਤ ਕੌਰ ਮਾਨਸਾ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ, ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਜਿਨ੍ਹਾਂ ਨੇ ਨਹੀਂ ਕਰਿਆ ਹੋਇਆ, ਵੀਡੀਓ ਵਧੀਆ ਤੋਂ ਵਧੀਆ ਆਉਣਗੀਆਂ ਇਹਦੇ 'ਤੇ। ਮਿਹਰਬਾਨੀ ਜੀ, ਧੰਨਵਾਦ ਪੇਂਡੂ ਵਿਰਸਾ ਦੇਖਣ ਲਈ। ਹਾਂਜੀ, ਸ਼ੇਅਰ ਆਏ ਚੁੱਪ ਕਰ ਦਿਆ ਕਰੋ।